हेलो गाइस, सत श्री अकाल सारे नूं। ते नवे ब्लॉग दे विच तुहाडा स्वागत है। ते नवा ब्लॉग हुण आ गया अपना। ते ए ब्लॉग मैं होया तैयार, आ पाई हुड्डी, नवी पेंट ते नवी हुड्डी। मैं हाँ दस दिए ते पाई आपां नत्तियां ते आपां चलिया बई कॉलेज ब्रैम्पटन टू मोंट्रियल। सानूं दिखाउणे टूर भी किवें लगदा ब्रैम्पटन टू मोंट्रियल जाण दा, किड्डा औखा कम है। ते मैं हुण आया कम तों, 10 बजे तक मेरी शिफ्ट सी ते हुण आपां चले मोंट्रियल। ते ओह मुंडा आउंदा गा ते दोबारा आपां दो मुंडे असी तीन मुंडे होंगे, दो कुड़ियां होंगे। तो इस बार आप हम करते हैं अपना टूर शुरू। तो मिलते हैं हम गड्डी। हाँ जी, जिहड़े तुसीं क्लिप्स हुण देखी आ, मैं तुहानूं इह सीगियां मेरियां इत्थे मोंट्रियल आउण दीआं, उह सीगियां राह दे विच जदों मैं आई जांदा सी। उह क्लिप सीगियां मैं विचों विचों ऐड कीतीआं। बहुत ज़्यादा मींह आ गिआ सी ना राह दे विच, ते मैं वीडियो तां नहीं बणाई क्योंकि इक तां मैं उदों कम्म तों आया सी ते मैनूं थोड़ा जिहा उह टायर्ड सीगा मैं, ते जिद्दां कहिंदा हैना, ते फिर मैनूं थोड़ी थकावट सी तां करके मेरा वीडियो कन्नी ध्यान गिआ नहीं सीगा गड्डी। फिर मींह बहुत ज़्यादा सीगा हैना, ते मैं कॉलेज आ गए सी। ते आह देख सकदे हो तुसीं, आह बिल्डिंग कॉलेज दी है जिहड़ी ब्राउन वाली है ना, आह भी इहनां दी वी है। तुहानूं मैं कल नूं देखूंगा, अज हुण मैं चलिया किसे मुंडे कोल ते उह आपां देखांगे कल नूं। कल नूं आपां मैं तुहानूं ट्राई करूंगा वी अंदरों तुहानूं दिखावां हैना। ते अज फिर हुण मैं कहिंदा घरे ही चलिया मुंडे कोल किसे कोल हैना, जीत कोल मैं रहिणा हुंदा गा, ते उहदे कोल हुण मैं जा रहा गा। ਅਤੇ ਆਪਾਂ ਕਹਿ ਰਹੇ ਦੇਖੋ ਤੁਹਾਨੂੰ ਮੋਂਟਰੀਅਲ ਦੇ ਹਾਲ ਦਿਖਾ ਦਿੰਦਾ, ਮੋਂਟਰੀਅਲ ਕਿੱਦਾਂ ਦਾ। ਅਤੇ ਤੁਸੀਂ ਬ੍ਰੈਂਪਟਨ ਦਾ ਮੇਰੀ ਵੀਡੀਓ ਦੇ ਵਿੱਚ ਦੇਖਿਆ ਹੀ ਆ ਨਾ ਆਲਮੋਸਟ, ਅਤੇ ਤੁਹਾਨੂੰ ਅੱਜ ਮੈਂ ਮੋਂਟਰੀਅਲ ਦਿਖਾ ਰਿਹਾ। ਇਹ ਵੀਡੀਓ ਵੀ ਬੈਕ ਕੈਮਰੇ ਦਾ ਬਾਹਰ ਹੀ ਆ, ਮੈਨੂੰ ਨਹੀਂ ਪਤਾ ਹੈ ਜੀ ਫਰੇਮ ਕੋਈ ਇੱਧਰ ਉੱਧਰ ਹੋ ਗਿਆ। ਅਤੇ ਤੁਹਾਨੂੰ ਮੈਂ ਦਿਖਾਉਣਾ ਹੁਣ ਮੋਂਟਰੀਅਲ। ਇਹ ਮਿੱਤਰੋ ਮੋਂਟਰੀਅਲ ਹੈ, ਠੀਕ ਹੈ। ਇਹ ਮੋਂਟਰੀਅਲ ਦਾ ਮੇਨ ਡਾਊਨ ਟਾਊਨ ਆ, ਅਤੇ ਐਵੇਂ ਕਹਾਂ ਟੋਰਾਂਟੋ ਦਾ ਵੀ ਵੈਸੇ ਡਾਊਨ ਟਾਊਨ ਇੱਦਾਂ ਜੀ ਜੇ ਦਾ ਹੀ ਹੈ ਨਾ। ਇਹ ਦੇਖ ਲਓ, ਵੈਸੇ ਠੀਕ ਹੈ, ਇੱਥੇ ਗੋਰੇ ਵੱਧ ਨੇ। ਅਤੇ ਮੋਂਟਰੀਅਲ ਦੀ ਤੁਹਾਨੂੰ ਮੈਂ ਇੱਕ ਹੋਰ ਨਿਊਜ਼ ਦੇ ਦਾਂ। ਮੋਂਟਰੀਅਲ ਦੇ ਵਿੱਚ ਹੋ ਗਿਆ ਨਵਾਂ ਲਾਅ ਪਾਸ ਹੈ ਨਾ, ਅਤੇ ਇਸ ਕਰਕੇ ਮੈਂ ਹੁਣ ਦੇਖਿਆ ਉਹ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਦੇਖਿਆ ਜਾਵੇ ਤਾਂ ਵੀ ਇੱਥੇ ਮੋਂਟਰੀਅਲ ਆਉਣਾ ਸਹੀ ਨਹੀਂ, ਕਿਉਂਕਿ ਮੋਂਟਰੀਅਲ ਦੇ ਵਿੱਚ ਕੁਝ ਕੁ ਨੁਕਸਾਨ ਨੇ ਮੋਂਟਰੀਅਲ ਦੇ, ਹੈ ਨਾ ਯਾਰ। ਮੋਂਟਰੀਅਲ ਦਾ ਪਹਿਲਾ ਨੁਕਸਾਨ ਤਾਂ ਇਹੀ ਹੈਗਾ ਵੀ ਇੱਥੇ ਜੇ ਤੁਹਾਡੀ ਸਟੱਡੀ 24 ਮਹੀਨੇ ਦੇ ਆ, 24 ਦੇ 24 ਮਹੀਨੇ ਪੂਰੇ ਕਰਾਉਣਗੇ, ਜਿਵੇਂ ਬ੍ਰੈਂਪਟਨ ਵਗੈਰਾ ਜਾਂ ਫਿਰ ਆਪਾਂ ਹੋਰ ਪ੍ਰੋਵਿੰਸ 'ਚ ਦੇਖ ਅੰਟਾਰੀਓ 'ਚ ਦੇਖੀਏ, ਆਲਮੋਸਟ ਆਪਣੀ 18 ਮਹੀਨਿਆਂ 'ਚ ਸਟੱਡੀ ਮੁੱਕ ਜਾਂਦੀ, ਇੱਥੇ 24 ਮਹੀਨੇ ਪੂਰੇ ਕਰਾਉਂਦੇ। ਅਤੇ ਆਲਮੋਸਟ ਹਰ ਇੱਕ ਕੋਰਸ 'ਚ ਇੰਟਰਨਸ਼ਿਪ ਹੁੰਦੀ ਹੈ, ਅਤੇ ਉਹ ਇੰਟਰਨਸ਼ਿਪ ਆਪਾਂ ਨੂੰ ਮੋਂਟਰੀਅਲ ਦੇ ਵਿੱਚ ਹੀ ਲਾਉਣੀ ਪੈਂਦੀ ਹੈ, ਠੀਕ ਹੈ। ਜਿਹੜੇ ਸਿੱਧਾ ਮੋਂਟਰੀਅਲ ਆਉਂਦੇ ਉਹਨਾਂ ਨੂੰ ਮੋਂਟਰੀਅਲ ਸਹੀ ਲੱਗਦਾ ਹੈ ਨਾ, ਕਿਉਂਕਿ ਉਹਨਾਂ ਨੂੰ ਬਸ ਉਹ ਉਹਨਾਂ ਨੂੰ ਇੱਥੇ ਵਧੀਆ ਲੱਗਦਾ ਹੈ ਨਾ, ਜਿਹੜੇ ਉੱਧਰ ਰਹਿੰਦੇ ਉਹਨਾਂ ਲਈ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਹੈ ਨਾ। ਅਤੇ ਸੈਕਿੰਡ ਪੁਆਇੰਟ ਮੋਂਟਰੀਅਲ ਦਾ, ਜਿਹੜੀ ਨਵੀਂ ਨਿਊਜ਼ ਜਿਹੜੀ ਮੋਂਟਰੀਅਲ ਦੀ ਨਿਕਲੀ ਹੈਗੀ, ਉਹ ਇਹ ਹੈ ਵੀ ਜਿਹੜਾ ਉਰੇ ਉਰੇ ਫਰੈਂਚ ਮੈਡੈਂਟਰੀ ਮੈਡੈਂਟਰ ਜ਼ਰੂਰੀ ਕਰਤੀ, ਫਰੈਂਚ ਜ਼ਰੂਰੀ ਕਰਤੀ ਹੈ, ਅਤੇ ਸਾਰਿਆਂ ਨੂੰ ਫਰੈਂਚ ਵੀ, ਸਾਰੇ ਜਿੰਨੇ ਵੀ ਸਰਕਾਰੀ ਸਰਵਿਸ ਹੋਣਗੀਆਂ ਸਾਰੀਆਂ ਆਲਮੋਸਟ ਫਰੈਂਚ 'ਚ ਹੋਣਗੀਆਂ ਹੈ ਨਾ। ਅਤੇ ਜੇ ਕੋਈ ਨਵਾਂ ਇਮੀਗ੍ਰੈਂਟ ਹੁੰਦਾ ਉਹਦੇ ਲਈ ਉਹਨੂੰ ਸਿਰਫ 6 ਮਹੀਨਿਆਂ ਦਾ ਦਿੱਤਾ ਜਾਊ ਵੀ 6 ਮਹੀਨੇ ਉਹ ਇੰਗਲਿਸ਼ ਦਿਖਾ ਕੇ ਆਪਦਾ ਹੈ ਨਾ, ਨਵੇਂ ਆਉਣ ਦਾ ਪਰੂਫ ਦਿਖਾ ਕੇ ਉਹ 6 ਮਹੀਨੇ ਵਾਸਤੇ ਇੰਗਲਿਸ਼ ਦੇ ਯੂਜ਼ ਕਰ ਸਕਦਾ, ਬਟ ਉਹਨੂੰ ਆਲਮੋਸਟ ਹਰ ਇੱਕ ਥਾਂ 'ਤੇ ਫਰੈਂਚ ਹੀ ਬੋਲਣੀ ਪਊਗੀ ਬਾਅਦ ਵਿੱਚ। ਇਸ ਕਰਕੇ ਇਹ ਬਹੁਤ ਵੱਡਾ ਪੰਗਾ ਇਹਦੇ ਉੱਤੇ ਰੌਲਾ ਵੀ ਚੱਲ ਰਿਹਾ ਹੈ ਨਾ, ਦੇਖੋ ਕੀ ਬਣੂਗਾ। ਮੇਰੇ ਹਿਸਾਬ ਨਾਲ ਇਹ ਰੂਲ ਨਹੀਂ ਚੱਲ ਸਕਦਾ ਕਿਉਂਕਿ ਇੱਦਾਂ ਦਾ ਬਹੁਤ ਜਣ ਇਹ ਰਹਿਣੀ ਨਹੀਂ, ਕਿਉਂਕਿ ਆਲਮੋਸਟ 70% ਆਈ ਥਿੰਕ ਅੰਗਰੇਜ਼ੀ ਬੋਲਣ ਵਾਲੇ ਹੀ ਨੇ। ਸੋ ਇਹ ਸੀਗੀ ਇੱਥੋਂ ਦੀ ਨਿਊਜ਼, ਅਤੇ ਹੁਣ ਆਪਾਂ ਚੱਲਦੇ ਹਾਂ ਮੁੰਡੇ ਕੋਲ, ਅਤੇ ਤੁਹਾਨੂੰ ਦਿਖਾਉਣਾ ਮੈਂ ਆਲਾ ਦੁਆਲਾ। ਅਤੇ ਦੁਬਾਰਾ ਆਪਾਂ ਚੜਾਂਗੇ ਨਿੱਕੇ ਜਿਹੇ ਹਾਈਵੇ 'ਤੇ, ਅਤੇ ਉੱਥੇ ਹੁਣ ਲਓ ਬਈ ਆਪਾਂ ਬਸ ਮੁੰਡੇ ਦੇ ਘਰ ਕੋਲ ਪਹੁੰਚ ਗਏ। ਰਿਹਾਇਸ਼ ਏਰੀਆ ਕੁਝ ਇੱਦਾਂ ਦਾ ਦੀਦਾ ਹੈ ਨਾ, ਇੱਥੇ ਡਰਾਈਵੇ ਮੈਂ ਘੱਟ ਹੀ ਦੇਖਣ ਨੂੰ ਮਿਲਿਆ, ਡਰਾਈਵੇ ਮੈਨੂੰ ਘੱਟ ਹੀ ਦੇਖਣ ਨੂੰ ਮਿਲਿਆ, ਆਲਮੋਸਟ ਸਾਰੇ ਸਟਰੀਟ ਪਾਰਕਿੰਗ ਵਾਲੇ ਹੀ ਹੁੰਦੇ ਆ, ਅਤੇ ਆਪਣਾ ਆਲਵੇਜ਼ ਸਟੋਪ ਸੈਂਸ ਸੀ। ਅਤੇ ਆਪਾਂ ਗਏ ਬਸ ਪਹੁੰਚ, ਆ ਦੇਖੋ ਸਾਰੇ ਕਿਤੇ ਸਟਰੀਟ 'ਤੇ ਗੱਡੀਆਂ ਖੜ੍ਹਦੀਆਂ ਨੇ, ਇੱਥੇ ਫੋਨ ਆ ਗਿਆ। ਹਾਂਜੀ, ਉਦੋਂ ਆ ਗਿਆ ਸੀ ਆਪਾਂ ਨੂੰ ਫੋਨ, ਅਤੇ ਉਦੋਂ ਰਹਿ ਗਿਆ ਉਹ ਵਿੱਚ ਹੀ,
ਤੇ ਬਸ ਤੁਹਾਨੂੰ ਇੱਥੇ ਇੱਧਰ ਤੁਰ ਆਉਂਦਾ ਸੀਗਾ ਹਨਾ ਮੈਂ ਇੱਧਰ ਜਿੱਧਰੋਂ ਆ ਗੱਡੀ ਆਈ ਆ ਇੱਧਰੋਂ ਮੈਂ ਆਇਆ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਵੀ ਉਹ ਇੱਥੇ ਆਹ ਅਪਾਰਟਮੈਂਟ ਰਹਿੰਦਾ ਇੱਥੇ ਮੋਸਟਲੀ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਮੌਂਟਰੀਅਲ ਦੇ ਵਿੱਚ ਆਹੀ ਨੇ ਅਪਾਰਟਮੈਂਟ ਜੇ ਹਨਾ ਇੱਥੇ ਜਿਵੇਂ ਆਪਣੇ ਬ੍ਰੈਂਪਟਨ ਘਰ ਵਗੈਰਾ ਹੁੰਦੇ ਸੀਗੇ ਉਹ ਸੀਨ ਜਿਹਾ ਨਹੀਂ ਉਰੇ ਨਾ ਇੱਥੇ ਅਪਾਰਟਮੈਂਟਾਂ ਜਿਹੜਾ ਸੀਨ ਹੀ ਆ ਜ਼ਿਆਦਾਤਰ ਜਿੰਨੇ ਲਈ ਵੀ ਮੈਂ ਗਿਆ ਨਾ ਸਾਰੇ ਆਲਮੋਸਟ ਅਪਾਰਟਮੈਂਟਾਂ 'ਚ ਹੀ ਰਹਿੰਦੇ ਨੇ ਅਤੇ ਰੈਂਟ ਵਗੈਰਾ ਇੱਥੇ ਸਹੀ ਹੈ ਜਿਵੇਂ ਆਹ ਮੁੰਡਿਆਂ ਨੂੰ ਇਹਨਾਂ ਨੂੰ ਮੈਂ ਲੱਗਦਾ 300 ਰੈਂਟ ਹੀ ਆਉਂਦਾ ਪਤਾ ਨਹੀਂ ਇੰਨੇ ਕੁ ਦੇ ਕਰੀਬ ਹੀ ਆਉਂਦਾ ਹਨਾ ਸਾਰਾ ਰੈਂਟ ਰੁੰਟ ਇੰਨਾ ਕੁ ਇਹਦਾ ਰੈਂਟ ਵੀ ਜ਼ਿਆਦਾ ਨਹੀਂ ਹੁੰਦਾ ਅਤੇ ਹੁਣ ਕਰੀਏ ਗੱਲ ਇਸੇ ਵੀਡੀਓ ਦੇ ਵਿੱਚ ਆਪਾਂ ਅਗਲੇ ਵਲੌਗ ਦੀ ਵੀ ਗੱਲ ਕਰ ਲੈਂਦੇ ਹਾਂ ਜਿਹੜਾ ਅਗਲਾ ਵਲੌਗ ਬਣਨ ਜਾ ਰਿਹਾ ਉਹ ਮੈਂ ਹੁਣੀ ਬਣਾਉਣ ਜਾ ਰਿਹਾ ਹੈਗਾ ਅਤੇ ਉਹ ਤੁਹਾਨੂੰ ਮੈਂ ਦਿਖਾ ਦਿੰਦਾ ਉਹ ਵਲੌਗ ਕਰਦੇ ਤੁਹਾਨੂੰ ਉਹ ਵਲੌਗ ਬਣਨਾ ਇੱਥੇ ਚੈਲੇਂਜਰ 'ਤੇ ਅਤੇ ਇਹਦਾ ਵਲੌਗ ਵੀ ਮੈਨੂੰ ਬਹੁਤ ਜਣਿਆਂ ਨੇ ਕਿਹਾ ਸੀ ਹੈ ਨਾ ਵੀ ਬਾਈ ਚੈਲੇਂਜਰ 'ਤੇ ਵਲੌਗ ਬਣਾ ਦਿੱਤੇ ਚੈਲੇਂਜਰ ਦਾ ਵਲੌਗ ਗਾਈਸ ਹੁਣ ਆਪਣਾ ਸੂਨ ਆਨ ਦੀ ਵੇ ਆ ਅਤੇ ਆਹ ਵਲੌਗ ਜਿਵੇਂ ਹੀ ਪੈ ਜੂਗਾ ਉਹ ਤੋਂ ਕੁਝ ਕੁ ਦਿਨਾਂ ਬਾਅਦ ਹੀ ਆਪਾਂ ਚੈਲੇਂਜਰ ਦਾ ਵਲੌਗ ਬਣਾਉਣ ਆ ਇਹਨੂੰ ਪਿਛਲੀ ਵਾਰ ਡੋਰੀਆਂ ਲੈ ਕੇ ਦਿੱਤੇ ਸੀਗੀਆਂ ਉੱਥੋਂ ਹੈ ਨਾ ਅਤੇ ਗੱਡੀ ਦੀ ਤੁਸੀਂ ਲੁੱਕ ਕੇਰਾਂ ਦੇਖ ਸਕਦੇ ਹੋ ਅਤੇ ਆਪਾਂ ਹੁਣ ਕੇਰਾਂ ਖਾਣ ਚੱਲਦੇ ਹਾਂ ਅਤੇ ਖਾਣ ਜਾ ਕੇ ਫਿਰ ਆਪਾਂ ਵਲੌਗ ਸ਼ੁਰੂ ਕਰਦੇ ਹਾਂ ਚੈਲੇਂਜਰ ਵਾਲਾ ਅਤੇ ਅੱਗੇ ਮਿਲਦੇ ਹਾਂ ਹਾਂਜੀ ਗਾਈਜ਼ ਗੁੱਡ ਮਾਰਨਿੰਗ ਔਨ ਸੰਡੇ ਅਤੇ ਮੈਂ ਹੋ ਗਿਆ ਲੇਟ ਮੈਂ ਪਹੁੰਚਣਾ ਸੀਗਾ 8 ਵਜੇ ਅਤੇ 8:20 ਹੋ ਗਏ ਕਿਉਂਕਿ ਬਾਕੀ ਸਾਰੇ ਕੰਮ ਇੱਕ ਪਾਸੇ ਅਤੇ ਸਵੇਰੇ ਉੱਠਣ ਦਾ ਕੰਮ ਇੱਕ ਪਾਸੇ ਠੀਕ ਹੈ ਇਹ ਥੋੜ੍ਹਾ ਜਿਹਾ ਚੈਲੇਂਜਿੰਗ ਹੋ ਜਾਂਦਾ ਅਤੇ ਆਪਾਂ ਥੋੜ੍ਹੇ ਜਿਹੇ ਹੋ ਗਏ ਹੁਣ ਲੇਟ ਕੋਈ ਬਾਤ ਨਹੀਂ ਅਤੇ ਹੁਣ ਆਪਾਂ ਚੱਲਦੇ ਹਾਂ ਕਾਲਜ ਅਤੇ ਕੱਲ੍ਹ ਆਪਾਂ ਜਿੱਥੇ ਤੁਹਾਨੂੰ ਦਿਖਾਇਆ ਹੈ ਨਾ ਸੀਨ ਵੀ ਉਹ ਚੈਲੇਂਜਰ ਦਾ ਵਲੌਗ ਉਦੋਂ ਬਾਅਦ ਉਹ ਵਲੌਗ ਸ਼ੂਟ ਕਰ ਲਿਆ ਉਹ ਮੈਂ ਐਡਿਟ ਵੀ ਕਰ ਲਿਆ ਆਲਮੋਸਟ ਹੈ ਨਾ ਅਤੇ ਉਹ ਵਲੌਗ ਮੈਂ ਆਹ ਵਲੌਗ ਤੋਂ ਬਾਅਦ ਪਾਊਂਗਾ ਹੈ ਨਾ ਅਤੇ ਹੁਣ ਆਪਾਂ ਚੱਲਦੇ ਕਾਲਜ ਅਤੇ ਉੱਥੇ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ ਸੀਨ ਅਤੇ ਓਕੇ ਲਓ ਬਈ ਕਾਲਜ ਆਪਾਂ ਗਏ ਪਹੁੰਚ ਆਹ ਬਾਹਰ ਦੇ ਹਾਲ ਆ ਗਿਆ ਮੇਨ ਗੇਟ ਕਾਲਜ ਦਾ ਪੁੱਲਾ ਕਿਨਾਰਾ ਆ ਗਈ ਕਾਲਜ ਦੀ ਲੋਬੀ ਆ ਗਿਆ ਮੈਂ ਕੋਈ ਨਹੀਂ ਹੈਗੀ ਥੱਲੇ ਖੁੱਲ ਜਾ ਸਿਮ ਸਿਮ ਜਾਦੂ ਐਂ ਤਾਂ ਮੰਨਦੀਆਂ ਨੇ ਅਤੇ ਹੁਣ ਆਪਾਂ ਚੱਲੇ ਕਲਾਸ ਦੇ ਵਿੱਚ ਕਲਾਸ 'ਚ ਦੇਖਦਾ ਮੈਂ ਜੇ ਕੋਈ ਵੀਡੀਓ ਬਣੀ ਤਾਂ ਜ਼ਰੂਰ ਬਣਾਊਂਗਾ ਅਤੇ ਕਾਲਜ ਤੋਂ ਦਿਖਾਉਂਦਾ ਕਾਲਜ ਦਾ ਐਡਾ ਕੁਛ ਖਾਸ ਨਹੀਂ ਇੱਕ ਫਲੋਰ ਜਿੱਥੇ ਕਾਲਜ ਹੈ ਬਸ ਉਹ ਸਿੱਧੀ ਕਲਾਸਾਂ ਲੱਗੀ ਜਾਂਦੀ ਇਹ ਬੰਦਾ ਸਾਰਿਆਂ ਤੋਂ ਦੁਖੀ ਹੈ ਮੋਟਰੀਅਲ ਤੋਂ ਮੋਟਰੀਅਲ ਪ੍ਰਤੀ ਇਹ ਕਲਾਸ 'ਚ ਸਾਰਿਆਂ ਤੋਂ ਦੁਖੀ ਬੰਦਾ ਸੋ ਮਿੱਤਰੋ ਕਲਾਸ ਆਪਣੀ ਲੱਗ ਰਹੀ ਹੈ ਅਦੇ ਮੇਰੇ ਸ਼ੂ ਦੇ ਸ਼ੂ ਆਹ ਕਿਹੜੀ ਜਨਤਾ ਉਰੇ ਮੈਂ ਕਿਤੇ ਲੱਪੜ ਲੱਪੜ ਵਜੋਂ ਹਾਂ ਹਾਏ ਹਾਵ ਆਰ ਯੂ ਡੂ ਯੂ ਵਾਂਟ ਟੂ ਜੁਆਇਨ ਆਵਰ ਵੀਡੀਓ ਸੋ ਡਿਸਕ੍ਰਾਈਬ ਨਹੀਂ ਬ੍ਰੋ ਇਹ ਕਾਲਜ ਆਉਣ ਦੇ ਇਦਾਂ ਦੇ ਵੀ ਤਰੀਕੇ ਨੇ ਆ ਗੱਲ ਕਰਤਾ ਹੋਰ ਕੀ ਕਰ ਲਾ ਤੈਨੂੰ ਮਸ਼ਹੂਰ ਕਿਧਰ ਨਹੀਂ ਮਸ਼ਹੂਰ ਹੁੰਦਾ ਇਹ ਬਥੇਰੀ ਆਈ ਨਹੀਂ ਟਿਕ ਤੂੰ ਹੋਰ ਬਥੇਰੀ ਮਸ਼ਹੂਰ ਹੈ ਤੂੰ ਐਵੇਂ ਪਹਿਲਾਂ ਆਪਾਂ ਉਹੀ ਗੱਲ ਮਹਾਂ ਕਈ ਵਾਰ ਐਂ ਕਰਕੇ ਗੱਲ ਕਰਨੀ ਪੈਂਦੀ ਇਹਦੇ ਨਾਲ ਵੀ ਐਂ ਕਰਕੇ ਗੱਲ ਕਰਨੀ ਪੈਂਦੀ ਧੱਕੇ ਨਾਲ ਹੀ ਬਾਈ ਸੱਦੀ ਨਾਲ ਬੁਲਾਈ ਮੈਂ ਲੜਦੀ ਤਾਈ ਪਹਿਲਾਂ ਦੱਸਣਾ ਮੈਂ ਸ਼ੁਰੂ ਕਰਕੇ ਆਉਂਦਾ ਮੈਂ ਤਾਂ ਹਾਂਜੀ ਜਿਹੜਾ ਤੁਸੀਂ ਇਹ ਸੀਨ ਦੇਖੇ ਵਲੌਗ ਦੇ ਵਿੱਚ ਇਹ 2 ਡਿਫਰੈਂਟ ਵੀਕਸ ਦੇ ਸੀਨ ਸੀਗੇ ਹੈ ਨਾ ਜਿਵੇਂ ਵਾਈਟ ਹੁੱਡੀ ਵਾਲੇ ਪਹਿਲੇ ਸੀਨ ਸੀਗੇ ਉਹ ਪਹਿਲਾ ਵੀਕ ਬਣਾਇਆ ਸੀ ਅਤੇ ਉਦੋਂ ਅਗਲੇ ਵੀਕ ਮੈਂ ਗਿਆ ਸੀਗਾ ਹੈ ਨਾ ਅਤੇ ਉਹ 2-3 ਸੀਨ ਕੋ ਅਗਲੇ ਵੀਕ ਦੇ ਸੀਗੇ ਅਤੇ ਹੁਣ ਇਹ ਮੇਨ ਗੱਲ ਇਹੀ ਸੀ ਹੈ ਨਾ ਵਲੌਗ ਬਣਾਉਂਦੀ ਮੈਨੂੰ ਬੜੇ ਪਹਿਲਾਂ ਦੱਸ ਦੇਖੋ ਵਾਲ ਮੇਰੇ ਹਜੇ ਘੱਟ ਆ ਮੈਂ ਕਟਾਇਆ ਆ ਘੱਟ ਪਵਾ ਕੇ ਲਿਆ ਮੈਂ ਫਿਰ ਜਿੱਦਾਂ ਕਿ ਮੈਂ ਸਟੱਡ ਬਣਦਾ ਚਲੋ ਅਤੇ ਕੀ ਕਹਿਣਾ ਸੀ ਮੈਂ ਹਾਂ ਅਤੇ ਇਹ ਵਲੌਗ ਮੈਨੂੰ ਮੈਸੇਜ ਆਉਂਦੇ ਹੁੰਦੇ ਹੈ ਨਾ ਲੋਕਾਂ ਦੇ ਵੀ ਬਈ ਮੌਂਟਰੀਅਲ ਜਿਹੜੇ ਜਾਂਦੇ ਆ ਹੈ ਨਾ ਵੀ
ਕਿਵੇਂ ਜਾਂਦੇ ਆਣਾ ਵੀ ਕਿਵੇਂ ਸਹੀ ਰਹਿੰਦਾ ਜਾਂ ਨਹੀਂ ਸਹੀ ਰਹਿੰਦਾ ਜੋ ਵੀ ਐਂ ਕਹਿੰਦਾ ਪਾਪਾ ਅਤੇ ਉਹਦੇ ਕਰਕੇ ਮੈਂ ਇਹ ਵਲੋਗ ਬਣਾਇਆ ਸੀਗਾ ਅਤੇ ਇਹ ਵਲੋਗ ਹੁਣ ਮੈਂ ਆਪਣਾ ਸਾਰਾ ਕੰਪਲੀਟ ਹੋ ਗਿਆ ਅਤੇ ਇਹਨੂੰ ਮੈਂ ਹੁਣ ਰੈਪ ਅਪ ਕਰਦਾ ਹੈ ਨਾ ਜੋ ਵੀ ਮੇਨ ਮੇਨ ਗੱਲਾਂ ਤੁਹਾਨੂੰ ਦੱਸਣ ਵਾਲੀਆਂ ਨੇ ਅਤੇ ਮੇਨ ਗੱਲ ਜਿਹੜੀ ਮੌਂਟਰੀਅਲ ਦੇ ਰਿਲੇਟਡ ਆਈ ਆ ਅਤੇ ਸੋ ਪਹਿਲੀ ਗੱਲ ਮੈਂ ਦੱਸਦਾ ਹੈ ਨਾ ਵੀਕਐਂਡ ਜੇ ਤੁਸੀਂ ਕਾਲਜ ਬਰੈਂਪਟਨ ਰਹਿੰਦੇ ਹੋ ਕੋਈ ਚੱਕਰ ਨਹੀਂ ਜਾ ਸਕਦੇ ਹੋ ਅਤੇ ਜਾ ਸਕਦੇ ਹੋ ਠੀਕ ਹੈ ਅਤੇ ਜਾਣ ਦਾ ਤੁਹਾਨੂੰ ਮੈਂ ਟਾਈਮ ਦੱਸ ਦਿੰਦਾ ਜਾਣ ਦਾ ਟਾਈਮ ਲੱਗਦਾ ਜਿਵੇਂ ਮੈਂ ਕੰਮ ਤੋਂ 10 ਵਜੇ ਆ ਜਾਂਦਾ ਸੀ 10 ਵਜੇ ਤੋਂ 12 ਵਜੇ 11 ਵਜੇ ਘਰੇ ਆ ਜਾਂਦਾ ਸੀ 12 ਵਜੇ ਨਿਕਲਦਾ ਹੁੰਦਾ ਹੈ ਨਾ ਮੈਂ ਉੱਥੇ ਵਾਸਤੇ ਅਤੇ ਮੈਨੂੰ ਸਾਨੂੰ ਅਸੀਂ ਸਵੇਰ ਦੇ 6 ਜਾਂ 7:30 ਪਹੁੰਚ ਜਾਂਦੇ ਸੀ 7-7-6 ਵਜੇ ਉਹ ਤਾਂ ਪਹੁੰਚਦੇ ਕਿਉਂਕਿ ਇੱਥੋਂ ਨਿਕਲਦੇ ਕਰਦੇ 1 ਵੱਜ ਜਾਂਦਾ ਸੀ ਪਹਿਲਾਂ ਤਾਂ ਠੀਕ ਆ ਅਤੇ ਨੋਰਮਲ ਰਾਈਡ ਉੱਥੇ 5.5 ਘੰਟੇ ਦੀ ਹੈ ਜੇ ਆਪਾਂ ਬਿਨਾਂ ਰੁਕੇ ਜਾਂਦੇ ਹਾਂ ਬਟ ਬੰਦਾ ਰੁਕ ਜਾਂਦਾ ਹੈ ਨਾ ਅਤੇ ਫਿਰ 6 ਘੰਟੇ ਲੱਗ ਜਾਂਦੇ ਹੈਗੇ ਔਖਾ ਹੁੰਦਾ ਸੀਗਾ ਔਖਾ ਤਾਂ ਹੁੰਦਾ ਸੀ ਕਿਉਂਕਿ ਇੱਕ ਤਾਂ ਮੈਂ ਕੰਮ ਤੋਂ ਆਇਆ ਹੁੰਦਾ ਸੀ ਨਾ ਨਾਲ ਦੇ ਵੀ ਕੰਮ ਤੋਂ ਆਏ ਹੁੰਦੇ ਸੀ 3 ਜਣੇ ਹੁੰਦੇ ਸੀ 3 ਗੱਡੀਆਂ 3 ਕੰਮ ਤੋਂ ਆਏ ਹੁੰਦੇ ਨਾ ਤਿੰਨਾਂ ਨੂੰ ਨੀਂਦ ਆਉਂਦੀ ਹੁੰਦੀ ਹੈ ਨਾ ਅਤੇ ਥੋੜ੍ਹਾ ਔਖਾ ਹੋ ਜਾਂਦਾ ਗੱਡੀ ਦਾ ਚਲਾਉਣਾ ਕਿਉਂਕਿ ਬੰਦੇ ਨੂੰ ਜਦੋਂ ਨੀਂਦ ਆਉਂਦੀ ਆ ਤੰਗ ਤਾਂ ਓਬਵੀਅਸਲੀ ਬੰਦਾ ਹੁੰਦਾ ਹੀ ਹੈ ਨਾ ਅਤੇ ਰਾਹ ਦੇ ਵਿੱਚ ਖੜ ਕੇ ਸੌਂ ਵੀ ਜਾਈਦਾ ਸੀ ਹੈ ਨਾ ਅਤੇ ਨਹੀਂ ਗੱਡੀ 'ਚ ਐਂ ਚੇਂਜ ਕਰ ਕਰਕੇ ਚਲਾ ਲੈਂਦੇ ਹਾਂ ਅਸੀਂ ਗੱਡੀ ਤੰਗ ਤਾਂ ਬੰਦਾ ਹੁੰਦਾ ਐਵੇਂ ਤੁਹਾਨੂੰ ਕਹਾਂ ਉਹ ਤਾਂ ਦੇਖੋ ਬੰਦਾ ਹੁੰਦਾ ਅਤੇ ਬਟ ਜੇ ਤੁਸੀਂ ਵੈਸੇ ਸਵਾਲ ਘੱਟ ਹੈ ਜੀ ਅਤੇ ਵੈਸੇ ਜੇ ਤੁਸੀਂ ਜਾ ਰਹੇ ਹੋ ਹੈ ਨਾ ਵੀ ਊਂ ਕਿਸੇ ਦੇ ਨਾਲ ਜਾ ਰਹੇ ਹੋਗੇ ਤਾਂ ਕੋਈ ਐਡੀ ਚੱਕਰ ਵਾਲੀ ਗੱਲ ਨਹੀਂ ਹੈਗੀ ਗੀ ਜੇ ਤੁਸੀਂ ਬੈਠ ਕੇ ਜਾਣਾ ਕਿਉਂਕਿ ਸੌਂ ਕੇ ਤੁਸੀਂ ਫਿਰ ਬੰਦਾ ਕੋਈ 7 ਵਜੇ ਦਾ ਹੀ ਟਾਈਮ ਲੰਘ ਜਾਂਦਾ ਕੋਈ ਐਡਾ ਚੱਕਰ ਪੈਂਦਾ ਹੈ ਨਾ ਅਤੇ ਦੂਜੀ ਗੱਲ ਹਾਂ ਇਹ ਸੀਗੀ ਜਾਣ ਆਉਂਦੀ ਹੁਣ ਜੇ ਆਪਾਂ ਦੇਖੀਏ ਜਿਹੜੇ ਬੰਦੇ ਨੇ ਗੱਡੀ ਲੈ ਕੇ ਜਾਣੀ ਹੈ ਅਤੇ ਤੇਲ ਦਾ ਖਰਚਾ ਪਹਿਲਾਂ ਸੀਗਾ ਪਹਿਲਾਂ ਤੇਲ ਜਦੋਂ ਸੀਗਾ $1.5 ਨੂੰ ਹੁੰਦਾ ਸੀਗਾ ਹੁਣ ਤੁਹਾਨੂੰ ਮੈਂ ਦਿਖਾ ਦਿੰਦਾ ਪਹਿਲਾਂ ਤੇਲ $1.5 ਨੂੰ ਹੁੰਦਾ ਸੀ ਹੁਣ ਤੁਸੀਂ ਦੇਖ ਸਕਦੇ ਹੋ ਤੇਲ ਵੱਗ ਗਿਆ $2 'ਤੇ ਠੀਕ ਹੈ ਬਹੁਤ ਜ਼ਿਆਦਾ ਫਰਕ ਪੈ ਗਿਆ ਇਹ ਫਰਕ ਬਹੁਤ ਜ਼ਿਆਦਾ ਪੈ ਗਿਆ ਤੁਹਾਨੂੰ ਐਵੇਂ ਕਹਾਂ ਅਤੇ ਇਹ ਤੁਹਾਨੂੰ ਮੈਂ ਦੱਸ ਦਿੰਦਾ ਇਹ ਰੇਟ 'ਚ ਕਿੰਨਾ ਕੁ ਫਰਕ ਪਾ ਦਿੰਦਾ ਅਤੇ ਜਿਵੇਂ ਕਿ ਪਹਿਲਾਂ ਮੇਰੀ ਗੱਡੀ ਦੀ ਟੈਂਕੀ ਫੁੱਲ ਹੋ ਜਾਂਦੀ ਸੀਗੀ $60 'ਚ ਅਤੇ ਹੁਣ ਹੁੰਦੀ ਆ ਉਹ $100 ਤੁਸੀਂ ਸ਼ੁਰੂ 'ਚ ਦੇਖ ਸਕਦੇ ਹੋ ਹੈ ਨਾ ਮੈਂ ਜਿਹੜਾ ਕਲਿੱਪ ਪਾਈ ਹੈ ਅਤੇ ਉੱਥੇ ਤੇਲ ਪਵਾ ਰਿਹਾ ਹੈ ਮੈਂ ਉਹ ਆਲਮੋਸਟ $100 ਦੇ ਵਿੱਚ ਹੁਣ ਟੈਂਕੀ ਫੁੱਲ ਹੁੰਦੀ ਹੈ ਜਿਹੜੀ ਪਹਿਲਾਂ $60 'ਚ ਫੁੱਲ ਹੁੰਦੀ ਸੀਗੀ ਹੁਣ ਉਹ $100 'ਚ ਹੁੰਦੀ ਹੈ ਜੀ ਅਤੇ $100 ਉਹ ਸਿਰਫ ਇੱਕ ਪਾਸੇ ਜਾਣ ਦਾ ਲੱਗਦਾ ਹੈਗਾ ਇੱਕ ਫੁੱਲ ਕਰਾ ਕੇ ਇਹ $100 ਦੇ ਵਿੱਚ ਜਾਂਦੀ ਹੈ ਅਤੇ ਆਉਂਦੀ $100 ਦੇ ਵਿੱਚ ਜਾਣੀ ਕਿ ਜੇ ਤੁਸੀਂ ਗੱਡੀ ਲੈ ਕੇ ਜਾਂਦੇ ਹੋਗੇ ਅੱਜ ਦੇ ਟਾਈਮ ਦੇ ਵਿੱਚ ਤੁਹਾਡਾ ਆਲਮੋਸਟ $200 ਖਰਚਾ ਹੈਗਾ ਅਤੇ ਉਹ ਗੱਡੀ ਇਹ ਐਵਰੇਜ ਵਧੀਆ ਦੇ ਦਿੰਦੀ ਹੈ ਤਾਂ $200 ਹੈ ਅਤੇ ਜੇ ਦੂਜੇ ਮੁੰਡੇ ਦੀ ਅਸੀਂ ਗੱਡੀ ਲੈ ਕੇ ਜਾਂਦੇ ਹੁੰਦੇ ਇੱਕ ਉਹਦੀ V6 ਹੈਗੀ ਸ਼ਾਇਦ ਉਹਦੀ ਜਦੋਂ ਮੇਰੀ ਵਾਲੀ ਗੱਡੀ ਜਿਹੜੇ ਟਾਈਮ 'ਚ ਮੇਰੀ ਗੱਡੀ 60 'ਚ ਟੈਂਕੀ ਫੁੱਲ ਹੁੰਦੀ ਸੀ ਉਹਦੀ ਉਦੋਂ ਹੀ 100 'ਚ ਫੁੱਲ ਹੁੰਦੀ ਸੀ ਹੁਣ ਤਾਂ 140 'ਤੇ ਵਗ ਜਾਂਦੀ ਹੈ ਗੱਲ ਅਤੇ ਤੇਲ ਦਾ ਖਰਚਾ ਇੰਨਾ ਆ ਜਾਂਦਾ ਅਤੇ ਟਾਈਮ ਇੰਨਾ ਲੱਗ ਜਾਂਦਾ ਹੈਗਾ ਅਤੇ ਉੱਥੇ ਰਹਿਣ ਰੂਣ ਦਾ ਕੋਈ ਹੋਟਲ ਕਰਾ ਲੈਂਦੇ ਹੈ ਨਾ $100 ਦੇ ਵਿੱਚ 1 ਨਾਈਟ ਦਾ ਹੋਟਲ ਹੁੰਦਾ ਹੈਗਾ ਹੈ ਨਾ $100 ਤਾਂ ਲੱਗਦਾ ਹੀ ਆ ਅਤੇ ਮੈਂ ਨਾਲ ਦੇ ਮੁੰਡੇ ਕੋਲ ਰਹਿ ਜਾਂਦਾ ਤੁਹਾਨੂੰ ਦੱਸਿਆ ਹੀ ਹੈ ਨਾ ਅਤੇ ਹੁਣ ਬਾਕੀ ਗੱਲ ਕਰੀਏ ਮੇਨ ਜਿਹੜਾ ਮੌਂਟਰੀਅਲ ਦੇ ਵਿੱਚ ਹੁਣ ਪੰਗਾ ਸ਼ੁਰੂ ਹੋ ਅਤੇ ਇਹਦੀ ਰੇਟਿੰਗ ਮੈਂ ਤੁਹਾਨੂੰ ਦੱਸਦਾ ਵੀ ਹਾਂ ਵੀ ਬੰਦੇ ਨੂੰ ਔਖਾ ਹੁੰਦਾ ਕਿ ਸੌਖਾ ਹੁੰਦਾ ਜਾਣਾ ਅਕੋਰਡਿੰਗ ਟੂ ਮੀ ਔਖਾ ਹੈਗਾ ਜਾਣਾ ਕੋਈ ਐਂ ਨਹੀਂ ਕਹਿ ਸਕਦਾ ਵੀ ਹਾਂ ਨਜ਼ਾਰੇ ਵੀ ਟੌਰ ਨਾ ਜੇ ਕਈ ਵਾਰ ਹੁੰਦਾ ਨਾ ਵੀ ਲਿਹਾਜੀ ਜਾਂਦੇ ਹੁਣ ਉਹ ਰੌਲਾ ਰੱਪਾ ਪਾਉਂਦੇ ਜਾਂਦੇ ਨਾ ਵਧੀਆ ਚਿੱਲ ਕਰਦੇ ਕਿਉਂਕਿ ਗੱਲਾਂ ਕਰਨ ਵਾਸਤੇ ਬੰਦਾ ਬਹੁਤ ਜ਼ਰੂਰੀ ਚਾਹੀਦਾ ਹੁੰਦਾ ਹੈ ਨਾ ਅਤੇ ਜੇ ਗੱਲ ਕਰੀਏ ਵੀ ਹਾਂ ਵੀ ਔਖਾ ਹੈਗਾ ਜਾਣਾ ਮੈਂ ਤੁਹਾਨੂੰ ਇਹੀ ਸਲਾਹ ਦੇਊਂਗਾ ਵੀ ਜੇ ਤੁਸੀਂ ਮੌਂਟਰੀਅਲ ਕਾਲਜ ਆ ਤੁਹਾਡਾ ਤੁਸੀਂ ਜੇ ਸ਼ੁਰੂ 'ਚ ਹੀ ਆ ਰਹੇ ਹਾਂ ਤੁਸੀਂ ਸ਼ੁਰੂ 'ਚ ਮੌਂਟਰੀਅਲ ਹੀ ਜਾਓ ਮੌਂਟਰੀਅਲ ਐਵੇਂ ਨਹੀਂ ਹੈਗਾ ਵੀ ਕੰਮ ਨਹੀਂ ਹੈਗਾ ਕੰਮ ਉੱਥੇ ਵਾਧੂ ਹੈ $21-22 'ਤੇ ਵੀ ਕੰਮ ਹੈਗਾ ਹੈ ਨਾ ਮੈਂ ਤਾਂ ਇਹ ਸਲਾਹ ਦੇਊਂਗਾ ਮੌਂਟਰੀਅਲ ਹੀ ਜਾਓ ਤਾਂ ਕਿ ਜੇ ਤੁਸੀਂ ਉਰੇ ਆ ਗਏ ਤਾਂ ਬਾਅਦ ਤੁਹਾਨੂੰ ਮੌਂਟਰੀਅਲ ਜਾਣਾ ਪਵੇ ਵੀ ਤੁਸੀਂ ਤੰਗ ਨਾ ਹੋਵੋ ਹੈ ਨਾ ਅਤੇ ਮੈਨੂੰ ਵੈਸੇ ਵੀ ਹੁਣ 3 ਮਹੀਨੇ ਵਾਸਤੇ ਮੌਂਟਰੀਅਲ ਜਾਣਾ ਪਊ ਮੇਰੀ ਇੰਟਰਨਸ਼ਿਪ ਲੱਗਣੀ ਹੈ ਮੈਨੂੰ 3 ਮਹੀਨੇ ਅਨਪੇਡ ਕੰਮ ਕਰਨਾ ਪੈਣਾ ਹੈ ਨਾ ਡੇ ਕੇ ਦੇ ਵਿੱਚ ਅਤੇ ਮੈਂ ਤੁਹਾਨੂੰ ਆਹੀ ਸਲਾਹ ਦੇਊਂਗਾ ਵੀ ਜੇ ਤੁਸੀਂ ਮੌਂਟਰੀਅਲ ਤੁਹਾਡਾ ਕਾਲਜ ਤੁਸੀਂ ਮੌਂਟਰੀਅਲ ਹੀ ਜਾਓ ਇੱਥੇ ਨਾ ਆਓ ਯਾਰ ਕਿਉਂਕਿ ਜੇ ਤੁਹਾਨੂੰ ਪਤਾ ਹੀ ਹੈ ਨਾ ਵੀ ਜਾਣਾ ਪੈਣਾ ਹੈਗਾ ਕਾਲਜ ਤੰਗ ਹੁੰਦਾ ਬੰਦਾ ਐਵੇਂ ਕੰਮ ਹੁੰਦਾ ਤੰਗ ਅਤੇ ਬਟ ਸੌਖਾ ਵੀ ਕਈ ਨੂੰ ਹੁੰਦਾ ਵੀ ਹਾਂ ਚੱਲ ਚੱਲ ਜਾਂਦਾ ਹੁਣ ਚੱਲੀ ਜਾਂਦਾ ਅਸੀਂ ਚਲਾਈ ਜਾਂਦੇ ਹਾਂ ਚਲੋ ਅਤੇ ਹੁਣ ਮੇਨ ਗੱਲ ਜਿਹੜੀ ਸੀਗੀ ਕਾਲਜ ਵਾਲੀ ਉਹ ਸੱਚ ਮੌਂਟਰੀਅਲ ਦੇ ਪੰਗੇ ਵਾਲੀ ਮੌਂਟਰੀਅਲ ਇੱਕ ਤਾਂ ਪੰਗੇ ਤੁਹਾਨੂੰ ਮੈਂ ਦੱਸਤਾ ਵੀ ਉੱਥੇ ਲੋਅ ਪਾਸ ਹੋਇਆ ਵੀ ਇਕੱਲੀ ਫਰੈਂਚ ਹੈ ਨਾ ਉਹ ਮੈਂ ਦੱਸ ਚੁੱਕਿਆ ਅਤੇ ਦੂਜਾ ਜਿਹੜਾ ਹੁਣ ਚੱਕਰ ਪੈ ਗਿਆ ਹੁਣ ਨਵਾਂ ਜਿੰਨੇ ਵੀ ਪ੍ਰਾਈਵੇਟ ਕਾਲਜ ਹੋਣਗੇ ਮੌਂਟਰੀਅਲ ਦੇ ਜਿੰਨੇ ਵੀ ਨੇ ਹੈ ਨਾ CDAV ਵਿੱਚ ਹੀ ਆਉਂਦਾ ਕੈਨੇਡਾ ਕਾਲਜ ਸ਼ਾਇਦ ਜਿੰਨੇ ਵੀ ਕਾਲਜ ਆਉਂਦੇ ਆ ਸਾਰੇ ਪ੍ਰਾਈਵੇਟ ਨੇ ਜਿਨ੍ਹਾਂ ਦੇ ਉਹਨਾਂ ਉਹ ਵਰਕ ਪਰਮਿਟ ਐਲੀਜੀਬਲ ਨਹੀਂ ਹੋਣਗੇ 2023 ਦੇ ਵਿੱਚ ਠੀਕ ਹੈ ਇਹਨਾਂ ਨੇ ਕੀਤਾ ਹੁਣ ਜਿਹੜੇ 2023 ਤੋਂ ਪਹਿਲਾਂ ਇਨਰੋਲ ਹੋ ਗਏ ਉਹਨਾਂ ਦਾ ਕੋਈ ਚੱਕਰ ਨਹੀਂ ਉਹਨਾਂ ਨੂੰ ਮਿਲੂਗਾ ਬਟ ਜਿਹੜੇ ਬਾਅਦ 'ਚ ਹੋਣਗੇ ਉਹਨਾਂ ਲਈ ਵਰਕ ਪਰਮਿਟ ਦਾ ਚੱਕਰ ਪੈ ਸਕਦਾ ਚੱਕਰ ਵੱਡਾ ਪੈ ਸਕਦਾ ਮੈਂ ਤਾਂ ਉਹਨਾਂ ਨੂੰ ਵਰਕ ਚੱਕਰ ਵੱਡਾ ਕਿਹਾ ਉਹਨਾਂ ਵਰਕ ਪਰਮਿਟ ਨਹੀਂ ਮਿਲਦਾ ਸਿੱਧੀ ਗੱਲ ਮੈਂ ਕਾਲਜਾਂ ਦੀ ਲਿਸਟ ਐਡ ਕਰ ਦੂੰਗਾ ਹੈ ਨਾ ਵੀ ਜਿਹੜੇ ਜਿਹੜੇ ਕਾਲਜ ਐਲੀਜੀਬਲ ਹੈਗੇ ਹੈ ਨਾ ਵਰਕ ਪਰਮਿਟ ਲਈ ਮੌਂਟਰੀਅਲ ਦੇ ਵਿੱਚ ਬਟ ਉਹ ਸ਼ਾਇਦ ਉਹਨਾਂ ਵੀਜ਼ੇ ਦਾ ਚੱਕਰ ਪੈ ਸਕਦਾ ਬਟ ਉਹਨਾਂ ਪਤਾ ਨਹੀਂ ਇੰਨਾ ਮੈਂ ਕਹਿ ਨਹੀਂ ਸਕਦਾ ਯਾਰ
ਕਹੇ ਮਾਉਂਟਰੀਅਲ ਦੇ ਵਿੱਚ ਹਨਾ ਫੀਸ ਘੱਟ ਪੈ ਹੁੰਦੀ ਹੈ ਕਾਲਜਾਂ ਦੀ, ਬਟ ਐਸ ਕੰਪੇਅਰ ਬਟ ਜੇ ਤੁਸੀਂ ਇੱਧਰਲੇ ਕਾਲਜ ਚੂਜ਼ ਕਰ ਲਓ ਜ਼ਿਆਦਾ ਬੈਟਰ ਰਹੋਗੇ, ਕਿਉਂਕਿ ਉਹਦੇ ਮਾਉਂਟਰੀਅਲ ਦੇ ਆਪਦੇ ਫਾਇਦੇ ਇਹ ਨੇ, ਮਾਉਂਟਰੀਅਲ ਦੇ ਵਿੱਚ ਖਰਚਾ ਘੱਟ ਹੈ ਨਾ, ਖਰਚਾ ਐਵੇਂ ਘੱਟ, ਟੈਕਸ ਟੁਕਸ ਵੈਸੇ ਪੈ ਜਾਂਦਾ ਬਟ ਊਂ ਛੋਟੇ ਮੋਟੇ ਖਰਚੇ ਘੱਟ ਨੇ ਜਿਵੇਂ ਰੈਂਟ ਵਗੈਰਾ ਦਾ ਹਨਾ ਲੱਲਾ ਪੱਬਾ। ਅਤੇ ਦੂਜੀ ਗੱਲ ਆ ਮਾਉਂਟਰੀਅਲ ਦੇ ਵਿੱਚ ਕਾਲਜਾਂ ਦੀ ਜਿਹੜੀ ਸਟੱਡੀ ਆ ਆਲਮੋਸਟ ਉਹ 24 ਮਹੀਨੇ ਹੀ ਕਰਾਉਂਦੇ ਹੈਗੇ, ਇੱਥੇ ਜਿਵੇਂ 18 ਮਹੀਨੇ 'ਚ ਮੁੱਕ ਜਾਂਦੇ, ਜਿਹੜੇ ਮੈਂ ਇੱਥੋਂ ਬਾਅਦ 'ਚ ਆਏ ਸੀ 4-5 ਮਹੀਨੇ ਉਹਨਾਂ ਦੀ ਮੇਰੇ ਬਰਾਬਰ ਨੂੰ ਸਟੱਡੀ ਮੁੱਕਣੀ ਹੈ ਨਾ। ਅਤੇ ਆਹ ਚੱਕਰ ਪੈ ਜਾਂਦਾ ਮਾਉਂਟਰੀਅਲ ਦੇ ਵਿੱਚ। ਅਤੇ ਹੁਣ ਜੇ ਆਪਾਂ ਉਰੇ ਦੇਖੀਏ ਇੱਥੇ ਬੰਦੇ ਦੀ ਸਟੱਡੀ ਬਹੁਤ ਜਲਦੀ ਮੁੱਕਦੀ ਹੈ ਨਾ, ਅਤੇ ਇੱਥੇ ਜੇ ਇੱਥੋਂ ਨਾ ਤੁਹਾਨੂੰ ਕਾਲਜ ਮਿਲ ਰਿਹਾ ਜ਼ਿਆਦਾ ਬੈਟਰ ਹੈਗਾ, ਮਿਲ ਜਾਂਦੇ ਵਿੱਚ 5.5 ਵਾਲੇ ਕਾਲਜ ਬਹੁਤ ਹੈਗੇ ਆ ਜਿਹੜੇ ਕੁਝ 5.5 ਸੈਪਟ ਕਰਦੇ ਆ, ਬਟ ਮਾਉਂਟਰੀਅਲ ਵੀ ਠੀਕ ਆ ਨਾ, ਉੱਥੇ ਫੀਸ ਘੱਟ ਆਈ। ਜੇ ਤੁਸੀਂ ਸਿੱਧਾ ਹੀ ਮਾਉਂਟਰੀਅਲ ਜਾ ਰਹੇ ਹੋ ਤੁਹਾਨੂੰ ਰਹਿਣਾ ਸੌਖਾ ਰਹੂਗਾ, ਬਟ ਹੁਣ ਫਿਊਚਰ ਦੇ ਵਿੱਚ ਕਿਉਂਕਿ ਮਾਉਂਟਰੀਅਲ ਅਲੱਗ ਹੀ ਦੇਸ਼ ਜਿਹਾ ਬਣਿਆ ਪਿਆ ਹੈਗਾ ਇੱਕ ਤਰ੍ਹਾਂ ਦਾ ਡਰਟੀ ਯੂਰੋਪੀਆ ਹੈ ਨਾ, ਅਤੇ ਉਵੇਂ ਤੁਹਾਨੂੰ ਕਹਾਂ ਵੀ ਮਾਉਂਟਰੀਅਲ ਬੈਟਰ ਸੀ ਮੇਰੇ ਹਿਸਾਬ ਨਾਲ, ਕਿਉਂਕਿ ਹੁਣ ਜੇ ਉੱਥੇ ਫਰੈਂਚ ਪੱਕੀ ਕਰਤੀ ਫਿਰ ਔਖਾ ਹੋ ਜਾਣਾ ਫਰੈਂਚ, ਕਿਉਂਕਿ ਉੱਥੇ ਹੁਣ ਮੈਂ ਜਾਂਦਾ ਨਾ ਫਰੈਂਚ ਹੁੰਦਾ ਸਾਰਾ ਕੁਝ, ਇੰਗਲਿਸ਼ 'ਚ ਸਾਲਾ ਹੁੰਦੀ ਨਹੀਂ ਇੱਥੇ, ਜਿਵੇਂ ਜੇ ਫਰੈਂਚ ਵੀ ਜੇ ਇੰਗਲਿਸ਼ ਉਹਨਾਂ ਦੇ ਥੱਲੇ ਫਰੈਂਚ ਲਿਖਦੇ ਆ ਵੀ ਹਾਂ ਫਰੈਂਚ ਵਾਲੇ ਨੂੰ, ਉੱਥੇ ਫਰੈਂਚ ਤਾਂ ਫਰੈਂਚ ਹੀ ਹੈ, ਠੀਕ ਹੈ। ਸੋ ਇਹ ਆਪਣੀ ਸੀਗੀ ਮਿੱਤਰੋ ਵੀਡੀਓ, ਅਤੇ ਵੀਡੀਓ ਤੋਂ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਸਾਰਾ ਕੁਛ ਕਰ ਦਿਉ, ਅਤੇ ਇੰਸਟਾ 'ਤੇ ਫੋਲੋ ਕਰ ਲਿਓ, ਕੁਛ ਵੀ ਪੁੱਛਣਾ ਮੈਨੂੰ ਪੁੱਛ ਸਕਦੇ ਹੋ, ਮੈਂ ਜਵਾਬ ਦੇ ਦੂੰਗਾ ਨਾ ਤੁਹਾਨੂੰ। ਅਤੇ ਇਹ ਸੀਗੀ ਆਪਣੀ ਵੀਡੀਓ, ਅਤੇ ਹੁਣ ਮਿਲਦੇ ਹਾਂ ਅਗਲੀ ਵੀਡੀਓ ਵਿੱਚ।